ਕੁਹਾੜਾ ਬੋਲਿਆ, ਮੈਂ ਹੁਣ ਰੁੱਖ ਨਹੀਂ ਵੱਢ ਸਕਦਾ। ਆਪਣੇ ਹੱਥ ਵਿੱਚ ਫੜੇ ਕੁਹਾੜੇ ਦੀ ਗੱਲ ਸੁਣ ਕੇ ਅਮਰੀਕ ਸਿੰਘ ਸੋਚੀ ਪੈ ਗਿਆ। ਅਮਰੀਕ ਸਿੰਘ ਅੱਜ ਸਵਖਤੇ ਹੀ ਕਈ ਕੁਹਾੜਾ, ਆਰੀ, ਰੱਸੇ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਖੇਤ ਆ ਗਿਆ ਸੀ। ਇਹ ਨਿੰਮ ਦਾ ਰੁੱਖ ਹਰ ਸਾਲ ਕਣਕ ਤੇ ਝੋਨੇ ਦੀ ਵਢਾਈ ਵੇਲੇ ਉਸ ਦੀ ਕੰਬਾਈਨ ਨੂੰ ਅੜਿੱਕਾ ਲਾਉਂਦਾ ਸੀ। ਪੂਰੇ ਖੇਤ ਵਿੱਚ ਕੰਬਾਈਨ ਨੂੰ ਬੇਰੋਕ ਚਲਾਉਣ ਲਈ ਅਮਰੀਕ ਸਿੰਘ ਨੇ ਇਸ ਰੁੱਖ ਨੂੰ ਵੱਢਣ ਦਾ ਇਰਾਦਾ ਬਣਾਇਆ ਸੀ। ਕੁਹਾੜੇ ਦੇ ਬੋਲਣ ਸਾਰ ਹੀ ਉਹ ਡਰ ਗਿਆ। ਪਤਾ ਨਹੀਂ ਕੀ ਸ਼ੈ ਬੋਲਦੀ ਹੈ। ਉਸ ਦੇ ਡਰ ਨਾਲ ਕੰਬਦੇ ਹੱਥਾਂ ਵਿੱਚੋਂ ਕੁਹਾੜਾ ਡਿੱਗ ਪਿਆ। ਉਹ ਤ੍ਰਭਕ ਕੇ ਪਿੱਛੇ ਨੂੰ ਹਟਦਾ ਹੋਇਆ ਕੁਹਾੜੇ ਨੂੰ ਬੋਲਿਆ, ਕੀ ਗੱਲ, ਤੂੰ ਰੁੱਖ ਕਿਉਂ ਨਹੀਂ ਵੱਢ ਸਕਦਾ? ਕੀ ਤੇਰੀ ਧਾਰ ਤਿੱਖੀ ਨਹੀਂ? ਧਾਰ ਤਾਂ ਮੇਰੀ ਬੜੀ ਤੇਜ਼ ਹੈ, ਪਰ ਇਹ ਰੁੱਖ ਵੱਢਣ ਲਈ ਨਹੀਂ। ਕੁਹਾੜਾ ਧੀਰਜ ਨਾਲ ਬੋਲਿਆ, ਮੇਰਾ ਖੇਤ ਹੈ, ਮੇਰੇ ਦਾਦੇ ਦਾ ਲਾਇਆ ਰੁੱਖ ਹੈ, ਤੈਨੂੰ ਦੱਸ ਕੀ ਤਕਲੀਫ ਹੈ? ਅਮਰੀਕ ਸਿੰਘ ਨੇ ਆਪਣਾ ਹੱਕ ਜਤਾਇਆ। ਤਕਲੀਫ ਤਾਂ ਭਾਈ ਇਹ ਹੈ ਕਿ ਖੇਤ ਚ ਇੱਕੋ ਰੁੱਖ ਰਹਿ ਗਿਆ, ਜੇ ਇਹ ਵੀ ਵੱਢ ਦਿੱਤਾ ਤਾਂ ਪੰਛੀ ਆਲਣੇ ਕਿੱਥੇ ਪਾਉਣਗੇ, ਆਂਡੇ ਕਿੱਥੇ ਦੇਣਗੇ, ਮੀਂਹ ਹਨੇਰੀ ਵਿੱਚ ਕੀ ਬਣੂ ਉਹਨਾਂ ਦਾ? ਕੁਹਾੜੇ ਨੇ ਨਿੰਮ ਦੇ ਫੁੱਲੇ ਫਲੇ ਰੁੱਖ ਨੂੰ ਬਚਾਉਣ ਲਈ ਆਪਣਾ ਪੱਖ ਦੱਸਿਆ। ਕੁਹਾੜੇ ਦੀ ਗੱਲ ਸੁਣ ਕੇ ਸੋਚਾਂ ਵਿੱਚ ਪਿਆ ਅਮਰੀਕ ਸਿੰਘ ਖੇਤ ਦੀ ਵੱਟ ਉੱਤੇ ਬੈਠ ਗਿਆ। ਇੰਨੇ ਨੂੰ ਦਲੀਪ ਤੇ ਸੋਹਣਾ ਵੀ ਆ ਗਏ। ਚੱਲ ਵੀ ਚਾਚਾ, ਤੇਰੀ ਇਸ ਨਿੰਮ ਨੂੰ ਵੱਢ ਸੁੱਟੀਏ। ਸੋਹਣ ਨੇ ਆਉਣ ਸਾਰ ਹੀ ਕਈ ਨੂੰ ਹੱਥ ਪਾ ਲਿਆ। ਸੋਹਣ ਅਜੇ ਨਿੰਮ ਦੇ ਆਲੇ ਦੁਆਲੇ ਗੇੜਾ ਦੇ ਕੇ ਉਸ ਦੀਆਂ ਜੜ੍ਹਾਂ ਨੰਗੀਆਂ ਕਰਨ ਲਈ ਤਿਆਰ ਹੀ ਹੋਇਆ ਸੀ ਕਿ ਕਈ ਬੋਲ ਪਈ, ਸੋਹਣ ਸਿਆ, ਨਿੰਮ ਦੀਆਂ ਜੜ੍ਹਾਂ ਦੁਆਲੋ, ਮੈਂ ਮਿੱਟੀ ਨਹੀਂ ਕੁੱਟਣੀ। ਸੋਹਣ ਸਿੰਘ ਨੂੰ ਕੁਝ ਨਾ ਸੁੱਝਿਆ, ਉਹ ਡੌਰ ਭੌਰ ਹੋਇਆ ਆਲੇ ਦੁਆਲੇ ਦੇਖਣ ਲੱਗ ਪਿਆ। ਚਾਚਾ, ਕਈ ਬੋਲਦੀ ਹੈ। ਉਹ ਹੈਰਾਨ ਪਰੇਸ਼ਾਨ ਹੋਇਆ ਅਮਰੀਕ ਸਿੰਘ ਕੋਲ ਆ ਗਿਆ। ਬੋਲਦੀ ਹੈ ਕਈ ਤੇਰੀ, ਕੰਮ ਕਰਨ ਦੀ ਨੀਤ ਨਹੀਂ ਤੇਰੀ, ਆਉਣ ਸਾਰ ਬਹਾਨੇ ਬਣਾਉਣ ਲੱਗ ਪਿਆ। ਦਲੀਪ ਸਿੰਘ ਨੇ ਸਿਰ ਉੱਤੇ ਪੱਗ ਲਪੇਟ ਕੇ ਉਸ ਦੇ ਹੱਥੋਂ ਕਈ ਫੜ ਲਈ। ਸੱਚੀ ਮੈਂ ਕਿਤੇ ਝੂਠ ਬੋਲਦਾ? ਮੈਨੂੰ ਆਵਾਜ਼ ਪਈ ਹੈ। ਓਏ ਡਰਾਕਲਾ, ਆ ਜਾ, ਮੈਂ ਦੇਖਦਾ। ਦਲੀਪ ਕਈ ਮੋਢੇ ਉੱਤੇ ਰੱਖ ਕੇ ਨਿੰਮ ਕੋਲ ਆ ਗਿਆ। ਇੰਨੇ ਨੂੰ ਕਈ ਬੋਲ ਪਈ, ਦਲੀਪ ਭਾਈ ਚਲਾਈ ਨਾ, ਮੈਂ ਨੀ ਪੁੱਟਣੀ ਮਿੱਟੀ। ਆ ਜਾ ਭਾਈ ਦਲੀਪ, ਪਹਿਲਾਂ ਕੁਹਾੜੇ ਨੇ ਮੈਨੂੰ ਜਵਾਬ ਦੇ ਦਿੱਤਾ, ਮੈਂ ਤਾਂ ਸੋਚਦਾ ਸੀ ਇਹ ਮੇਰਾ ਵਹਿਮ ਹੈ, ਪਰ ਹੁਣ ਕਈ ਨੇ ਵੀ ਜਵਾਬ ਦੇ ਦਿੱਤਾ। ਬਸ ਚਾਚਾ, ਹੁਣ ਤਾਂ ਨਿੰਮ ਹੀ ਬੋਲਣੋ ਰਹਿ ਗਈ, ਬਈ ਮੈਨੂੰ ਨਾ ਵੱਢਿਓ। ਸੋਹਣ ਨੇ ਨਿੰਮ ਵੱਲ ਨੂੰ ਹੱਥ ਕਰਕੇ ਕਿਹਾ। ਸੋਹਣ ਦੇ ਇੰਨਾ ਕਹਿਣ ਦੀ ਦੇਰ ਸੀ ਕਿ ਨਿੰਮ ਬੋਲ ਪਈ, ਹਾਂ ਭਾਈ ਸੋਹਣ, ਮੈਨੂੰ ਨਾ ਵੱਢਿਓ। ਇਹ ਆਵਾਜ਼ ਸੁਣ ਕੇ ਸਭ ਨੂੰ ਤਰੇਲੀਆਂ ਆਉਣ ਲੱਗ ਪਈਆਂ। ਉਹ ਚਾਚਾ, ਜ਼ਰੂਰ ਕੋਈ ਗੱਲ ਹੈ, ਨਿੰਮ ਵੀ ਗੱਲਾਂ ਕਰਦੀ ਹੈ, ਨਿੰਮ ਨੂੰ ਵੱਢਣ ਵਾਲੇ ਸੰਦ ਵੀ
ਬੋਲਦੇ ਐ, ਉਹ ਇੱਥੋਂ ਭੱਜ ਲੋ। ਦਲੀਪ ਤੇ ਸੋਹਣਾ ਭੱਜਣ ਲਈ ਤਿਆਰ ਖੜੇ ਸਨ। ਠਹਿਰੋ ਭਾਈ ਠਹਿਰੋ, ਗੱਲ ਦੀ ਸਮਝ ਤਾਂ ਆਵੇ ਕੋਈ। ਅਮਰੀਕ ਸਿੰਘ ਨੇ ਉੱਠ ਕੇ ਨਿੰਮ ਦੇ ਆਲੇ ਦੁਆਲੇ ਗੇੜਾ ਦਿੱਤਾ। ਬਾਬਾ ਬਾਤਾਂ ਤਾਂ ਪਾਉਂਦਾ ਹੁੰਦਾ ਸੀ, ਉਸ ਦੀਆਂ ਬਾਤਾਂ ਵਿੱਚ ਪਸ਼ੂ ਪੰਛੀ ਤੇ ਜਾਨਵਰ ਗੱਲਾਂ ਕਰਦੇ ਹੁੰਦੇ ਸਨ, ਪਰ ਕਹੀ ਕੁਹਾੜਾ ਤੇ ਰੁੱਖ ਤਾਂ ਮੈਂ ਪਹਿਲੀ ਵਾਰੀ ਬੋਲਦੇ ਸੁਣੇ ਨੇ। ਉਹ ਮੂੰਹ ਵਿੱਚ ਬੁੜ ਬਣਾਉਂਦਾ ਨਿੰਮ ਦੇ ਤਣੇ ਉੱਤੇ ਹੱਥ ਧਰ ਕੇ ਉੱਪਰ ਵੱਲ ਦੇਖਣ ਲੱਗ ਪਿਆ। ਅਮਰੀਕ ਸਿਆ, ਤੇਰੇ ਦਾਦੇ ਬਸੰਤ ਸਿਉਣੇ ਖੇਤ ਵਿੱਚ 5 ਰੁੱਖ ਲਾਏ ਸਨ, ਉਹਨਾਂ ਵਿੱਚੋਂ 4 ਤਾਂ ਤੂੰ ਵੱਢ ਲਏ, ਪਰ ਉਹਨਾਂ ਰੁੱਖਾਂ ਦੀ ਥਾਂ ਤੂੰ 1 ਵੀ ਰੁੱਖ ਨਹੀਂ ਲਾਇਆ। ਹੁਣ ਮੈਨੂੰ ਵੀ ਵੱਢਣ ਦੀ ਤਿਆਰੀ ਕਰਕੇ ਆ ਗਿਆ ਹੈ। ਇਹਨਾਂ ਰੁੱਖਾਂ ਦੇ ਸਹਾਰੇ ਧਰਤੀ ਦੇ ਸਾਰੇ ਜੀ ਜੰਤ ਜਿਉਂਦੇ ਨੇ, ਰੁੱਖਾਂ ਤੋਂ ਬਗੈਰ ਉਹਨਾਂ ਸਭਨਾਂ ਦਾ ਕੀ ਬਣੂ। ਹੁਣ ਨਿੰਮ ਦੀ ਆਵਾਜ਼ ਸਪਸ਼ਟ ਸੁਣਾਈ ਦੇ ਰਹੀ ਸੀ। ਆਜੋ ਰੋਟੀ ਖਾ ਲੋ। ਇੰਨੇ ਨੂੰ ਅਮਰੀਕ ਸਿੰਘ ਦੀ ਪਤਨੀ ਭਗਵਾਨ ਕੌਰ ਦੀ ਲੰਮੀ ਹੇਕ ਵਿੱਚ ਆਵਾਜ਼ ਸੁਣਾਈ ਦਿੱਤੀ। ਆ ਸੁਣ ਲੈ ਭਗਵਾਨ ਗੁਰੇ, ਨਿੰਮ ਬੋਲਦੀ ਹੈ, ਬਈ ਮੈਨੂੰ ਨਾ ਵੱਢੋ। ਅਮਰੀਕ ਸਿੰਘ ਮੱਥੇ ਉੱਤੇ ਹੱਥ ਰੱਖਦਾ ਬੋਲਿਆ, ਲੈ ਤੁਹਾਨੂੰ ਹਰ ਵਕਤ ਮਖੌਲ ਸੁੱਝਦੇ ਰਹਿੰਦੇ ਨੇ, ਆਓ ਪਹਿਲਾਂ ਰੋਟੀ ਖਾ ਲੋ। ਭਗਵਾਨ ਕੌਰ ਨੇ ਖਾਲ ਦੀ ਵੱਟ ਉੱਤੇ ਰੋਟੀਆਂ ਵਾਲੀ ਟੋਕਰੀ ਤੇ ਲੱਸੀ ਵਾਲਾ ਕੁੱਜਾ ਰੱਖਦਿਆਂ ਕਿਹਾ, ਚਾਚੀ ਸੱਚਮੁੱਚ ਨਿੰਮ ਵੀ ਬੋਲਦੀ ਹੈ ਤੇ ਕਈ ਤੇ ਕੁਹਾੜਾ ਵੀ ਸਵਾਲ ਜਵਾਬ ਕਰਦੇ ਸੀ, ਕੰਨੀ ਸੁਣੇ ਨੇ। ਦਲੀਪ ਤੇ ਸੋਹਣ ਇਕੱਠੇ ਹੀ ਬੋਲ ਪਏ, ਅੱਛਾ। ਮੂੰਹ ਉੱਤੇ ਉਂਗਲੀ ਰੱਖਦੀ ਭਗਵਾਨ ਕੌਰ ਨਿੰਮ ਦੇ ਕੋਲ ਖੜੇ ਅਮਰੀਕ ਸਿੰਘ ਦੇ ਕੋਲ ਆ ਗਈ। ਲੈ ਮੈਂ ਵੀ ਸੁਣਾ ਭਲਾ ਨਿੰਮ ਕਿਵੇਂ ਬੋਲਦੀ ਹੁੰਦੀ ਹੈ, ਬੋਲ ਨਿੰਮੇ ਬੋਲ। ਭਗਵਾਨ ਕੌਰ ਖਿੜ ਖਿੜ ਹੱਸ ਰਹੀ ਸੀ। ਭਗਵਾਨ ਕੌਰੇ, ਤੇਰੀ ਸੱਸ ਮੇਰੀਆਂ ਨਮੋਲੀਆਂ ਦਾ ਸਾਬਣ ਬਣਾਉਂਦੀ ਹੁੰਦੀ ਸੀ, ਜਦੋਂ ਅਮਰੀਕ ਸਿਉਂ ਜੰਮਿਆ ਸੀ ਤਾਂ ਤੇਰੀ ਬੇਬੇ ਜੀ ਨੇ ਮੇਰੀਆਂ ਹਰੀਆਂ ਟਹਿਣੀਆਂ ਲਿਜਾ ਕੇ ਬੂਹੇ ਤੇ ਬੰਨ ਕੇ ਸ਼ਗਨ ਕੀਤੇ ਸਨ। ਭਾਈ ਸੱਚੀ ਬੋਲਦੀ ਲੱਗਦੀ ਹੈ ਨਿੰਮ ਤਾਂ, ਮੈਂ ਤਾਂ ਭਾਈ ਆਪ ਦੋਹਾਂ ਪੋਤਿਆਂ ਵਾਲੀ ਤੇਰੀਆਂ ਟਹਿਣੀਆਂ ਬੂਹੇ ਉੱਤੇ ਬੰਨ ਕੇ ਸ਼ਗਨ ਕੀਤੇ ਸਨ। ਭਗਵਾਨ ਕੌਰ ਨਿੰਮ ਦੇ ਤਣੇ ਨੂੰ ਪਿਆਰ ਨਾਲ ਛੂੰਹਦਿਆਂ ਹੋਇਆਂ ਬੋਲਦੀ ਰਹੀ, ਨਿੰਮ ਭੈਣੇ ਸਾਨੂੰ ਤਾਂ ਲੱਕੜੀ ਦੀ ਬੜੀ ਲੋੜ ਸੀ, ਮੈਂ ਆਪਣੀ ਧੀ ਲਈ ਮੰਜੇ ਤੇ ਪੀੜਾ ਬਣਵਾਉਣਾ ਹੈ ਤੇ ਬੈਠਕ ਦੇ ਬੂਹੇ ਬਾਰੀਆਂ ਵੀ ਬਣਵਾਉਣੇ ਨੇ। ਭਗਵਾਨ ਕੌਰ ਨਿੰਮ ਦੇ ਤਣੇ ਕੋਲ ਹੱਥ ਬੰਨ ਕੇ ਖੜੀ ਹੋ ਗਈ। ਰੁੱਖਾਂ ਤੋਂ ਲੱਕੜੀ ਤਾਂ ਹੀ ਮਿਲਦੀ ਰਹੂ ਜੇ ਵੱਢਣ ਦੇ ਨਾਲ ਨਾਲ ਰੁੱਖ ਲਾਏ ਵੀ ਜਾਂਦੇ ਰਹਿਣਗੇ। ਉਸ ਨੂੰ ਕਈ ਅਤੇ ਕੁਹਾੜੇ ਦੋਹਾਂ ਦੀ ਇਕੱਠੀ ਆਵਾਜ਼ ਸੁਣਾਈ ਦਿੱਤੀ। ਹਾਂ ਇਹ ਗੱਲ ਤਾਂ ਠੀਕ ਹੈ ਭਾਈ, ਜਦ ਮੈਂ ਵਿਆਹੀ ਆਈ ਸੀ ਤਾਂ ਆ ਰਾਹ ਦੇ ਦੋਹੀ ਪਾਸੇ ਬੇਰੀਆਂ ਦੀ ਪਾਲ ਲੱਗੀ ਹੁੰਦੀ ਸੀ, ਘਰੋਂ ਰੋਟੀ ਲੈ ਕੇ ਤੁਰਦੇ ਤਾਂ ਬੇਰਾਂ ਦੇ ਪੱਲੇ ਭਰ ਲੈਂਦੇ ਤੇ ਬੇਰ ਖਾਂਦੇ ਖਾਂਦੇ ਖੇਤ ਪਹੁੰਚ ਜਾਂਦੇ, ਘਰਾਂ ਨੂੰ ਮੁੜਦੇ ਹੋਏ ਫੇਰ ਬੇਰਾਂ ਦੇ ਪੱਲੇ ਭਰ ਕੇ ਬੱਚਿਆਂ ਲਈ ਲੈ ਆਉਂਦੇ। ਹੁਣ ਤਾਂ ਖੇਤਾਂ ਤੋਂ ਪਿੰਡ ਤੱਕ
ਰੜਾ ਮੈਦਾਨ ਪਿਆ ਹੈ। ਸੱਚਮੁੱਚ ਰੁੱਖਾਂ ਤੋਂ ਬਿਨਾ ਮੈਨੂੰ ਤਾਂ ਆਪ ਖੇਤ ਸੁੰਨੇ ਸੁੰਨੇ ਲੱਗਦੇ ਆ ਭਾਈ। ਗੱਲਾਂ ਕਰਦੀ ਕਰਦੀ ਭਗਵਾਨ ਕੌਰ ਆਪ ਉਦਾਸ ਹੋ ਗਈ ਸੀ। ਭਗਵਾਨ ਕੁਰੇ, ਜਦੋਂ ਦਾ ਪਿੰਡ ਵਿੱਚ ਆਰਾ ਲੱਗਿਆ ਏ, ਆਪਣੀਆਂ ਲੋੜਾਂ ਪੂਰੀਆਂ ਕਰ ਲਈ ਸਭ ਨੇ ਰੁੱਖ ਵੱਢ ਕੇ ਆਰੇ ਵਾਲਿਆਂ ਨੂੰ ਵੇਚ ਦਿੱਤੇ ਨੇ। ਸਾਡੇ ਵਾਂਗੂ ਸਾਰੇ ਲੋਕੀ ਸਵਾਰਥੀ ਹੋ ਗਏ ਨੇ। ਅਮਰੀਕ ਸਿੰਘ ਦੇ ਬੋਲਾਂ ਵਿੱਚ ਵੀ ਉਦਾਸੀ ਭਰੀ ਹੋਈ ਸੀ। ਚਾਚਾ, ਮੈਨੂੰ ਨਿੰਮ ਦੀਆਂ ਗੱਲਾਂ ਸੁਣ ਕੇ ਸਾਡੇ ਮਾਸਟਰ ਜੀ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ। ਮਾਸਟਰ ਜੀ ਕਹਿੰਦੇ ਹੁੰਦੇ ਸੀ, ਜੇ ਧਰਤੀ ਉੱਤੇ ਰੁੱਖ ਨਾ ਰਹੇ ਤਾਂ ਧਰਤੀ ਤੇ ਕੋਈ ਵੀ ਜੀ ਜੰਤ ਜਿਉਂਦਾ ਨਹੀਂ ਰਹਿ ਸਕਦਾ। ਓਏ ਆਹੋ, ਆਕਸੀਜਨ ਦਿੰਦੇ ਰੁੱਖ, ਆਕਸੀਜਨ ਨਾਲ ਬੰਦਾ ਜਿਉਂਦਾ ਹੈ। ਭਗਵਾਨ ਕੁਰੇ, ਮੈਂ ਤਾਂ ਕਹਿੰਦਾ ਵੀ ਸਾਡੇ ਨਾਲੋਂ ਤਾਂ ਕਈ ਤੇ ਘੋੜਾ ਹੀ ਚੰਗੇ ਨੇ, ਜਾਂ ਫਿਰ ਮੇਰਾ ਪੁੱਤ ਗੁਰਦੀਪ, ਜਿਸ ਨੇ ਨਿੰਮ ਵੱਢਣ ਤੋਂ ਮੈਨੂੰ ਬੜਾ ਰੋਕਿਆ, ਪਰ ਮੈਂ ਹੀ ਲਾਲਚੀ ਹੋ ਗਿਆ ਸੀ। ਚਾਚਾ, ਜਾਪਦਾ ਗੁਰਦੀਪ ਖੇਤ ਵਿੱਚ ਲਾਉਣ ਲਈ ਬੂਟੇ ਲੈ ਕੇ ਆ ਗਿਆ। ਦਲੀਪ ਪਿੰਡ ਵੱਲ ਦੇਖਦਾ ਬੋਲਿਆ, ਆਹੋ, ਸਵੇਰੇ ਸ਼ਹਿਰ ਨੂੰ ਜਾਂਦਾ ਹੋਇਆ ਮੈਨੂੰ ਕਹਿ ਕੇ ਗਿਆ ਸੀ ਗੁਰਦੀਪ, ਬਈ ਬੂਟੇ ਲਾਉਣ ਲਈ ਟੋਏ ਪੁੱਟ ਕੇ ਰੱਖਿਓ। ਉਹ ਕਹਿੰਦਾ ਸੀ ਕਿ ਮੈਂ ਆਪਣਾ ਜਨਮ ਦਿਨ ਰੁੱਖ ਲਾ ਕੇ ਮਨਾਉਣਾ, ਜਿੰਨੇ ਸਾਲ ਉਮਰ ਦੇ ਓਨੇ ਰੁੱਖਾਂ ਦੇ ਬੂਟੇ। ਨਿੰਮ ਭੈਣ, ਦੇਖ ਲੈ, ਮੇਰੇ ਪੁੱਤ ਗੁਰਦੀਪ ਨੇ ਤੇਰੇ ਹੱਕ ਦੀ ਗੱਲ ਕੀਤੀ ਹੈ। ਨਿੰਮ ਵੱਲ ਮੂੰਹ ਕਰਕੇ ਭਗਵਾਨ ਕੌਰ ਨੇ ਦੋਵੇਂ ਹੱਥ ਜੋੜੇ। ਚੱਲ ਬਈ ਦਲੀਪ, ਬੂਟੇ ਲਾਉਣ ਲਈ ਟੋਏ ਪੁੱਟਣੇ ਸ਼ੁਰੂ ਕਰੀਏ। ਅਮਰੀਕ ਸਿੰਘ ਦੇ ਮੂੰਹੋਂ ਰੁੱਖ ਲਾਉਣ ਦੀ ਗੱਲ ਸੁਣ ਕੇ ਕਈ ਖਿੜ ਖਿੜ ਹੱਸਣ ਲੱਗ ਪਏ।